ਪਾਣੀ ਜਿਹੜਾ ਉਹ ਗੰਦਾ ਆ ਰਿਹਾ ਹੈ ਤੇ ਗੰਦੇ ਪਾਣੀ ਦਾ ਮਤਲਬ ਹੈ ਉਹਦੇ ਅੰਦਰ ਕੀਟਾਣੂ ਹੈਗੇ। ਸੀਵਰੇਜ ਦੀ ਪਾਈਪ ਤੇ ਪਾਣੀ ਪੀਣ ਵਾਲੇ ਪਾਣੀ ਦੀ ਪਾਈਪ ਪੈਰਲਲ ਚੱਲ ਰਹੀਆਂ ਨੇ ਤੇ ਕਿੱਥੇ ਵੀ ਜ਼ਰਾ ਵੀ ਲੀਕੇਜ ਹੈ ਤਾਂ ਉਹਦੇ ਅੰਦਰ ਜਿੰਨੇ ਵੀ ਕੀਟਾਣੂ ਹੈਗੇ ਉਹ ਸਾਰੇ ਸਾਰੇ ਜਿਹੜੇ ਨੇ ਉਹ ਪੀਣੇ ਦੇ ਪਾਈਪ ਲਾਈਨ ਵਿੱਚ ਆ ਜਾਂਦੇ ਨੇ ਕਰਕੇ ਇਹ ਕੀਟਾਣੂ ਜਿਹੜੇ ਨੇ ਉਹ ਪਾਣੀ ਨੂੰ ਖਰਾਬ ਕਰਦੇ ਨੇ ਤੇ ਬਿਮਾਰੀਆਂ ਫੈਲਾਉਂਦੇ ਨੇ ਜਿਵੇਂ ਕਿ ਹੈਜਾ ਹੋ ਗਿਆ, ਟਾਈਫਾਈਡ ਹੋ ਗਿਆ, ਪੀਲੀਆ ਹੋ ਗਿਆ। ਇੱਕ ਤਾਂ ਅਸੀਂ ਕਿੱਟ ਡਿਵੈਲਪ ਕੀਤੀ ਹੋਈ ਹੈ ਜਿਹੜਾ ਪੀਣ ਵਾਲੇ ਪਾਣੀ ਨੂੰ ਅਸੀਂ ਪਰਖ ਸਕਦੇ ਨੇ ਕਿ ਉਹਦੇ ਅੰਦਰ ਕੀਟਾਣੂ ਹੈਗੇ ਕਿ ਨਹੀਂ ਹੈਗੇ। ਸਿਵਲ ਦਾ ਪਾਣੀ ਜਾਂ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਦਾ ਟੈਪ ਵਾਟਰ ਆਉਂਦਾ, ਜਿਹੜਾ ਵੀ ਪਾਣੀ ਤੁਸੀਂ ਟੈਸਟ ਕਰਨਾ ਤੁਸੀਂ ਟੈਸਟ ਕਰ ਸਕਦੇ ਹੋ। ਇਹ ਸਾਡੀ ਕਿੱਟ ਹੈ, ਇਹ 40 ਰੁਪਏ ਦੀ ਕਿੱਟ ਹੈ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਮਿਲਦੀ ਹੈ। ਬਸ ਇਹਨੂੰ ਭਰ ਕੇ ਤੁਸੀਂ ਉੱਪਰੋਂ ਢੱਕਣ ਲਗਾ ਕੇ ਰੱਖ ਦੇਣਾ ਹੈ। ਓਕੇ, ਇਹਨੂੰ ਮੈਂ ਸ਼ੇਕ ਵੀ ਨਹੀਂ ਕਰਨਾ ਆਪਾਂ? ਨਹੀਂ, ਸ਼ੇਕ ਨਹੀਂ ਕਰਨਾ, ਆਪੇ ਮਿਕਸ ਹੋ ਜਾਂਦਾ ਹੈ। ਠੀਕ ਹੈ, ਉਸ ਤੋਂ ਬਾਅਦ ਤੁਸੀਂ ਕਿਸੇ ਵੀ ਗਰਮ ਜਗ੍ਹਾ ਤੇ ਉੱਥੇ ਤੁਸੀਂ ਰੱਖ ਦੇਣਾ ਹੈ। 48 ਘੰਟੇ ਤੋਂ ਪਹਿਲਾਂ ਹੀ ਜਿਹੜਾ ਉਹ ਕਿੱਟ ਦਾ ਰੰਗ ਪੀਲਾ ਪੈ ਜਾਂਦਾ ਜਾਂ ਇਹ ਜਿਹੜਾ ਰਬੜ ਸਟੋਪਰ ਹੈ ਜਿਹੜਾ ਢੱਕਣ ਹੈ ਉਹ ਉੜ ਕੇ ਬਾਹਰ ਥੱਲੇ ਪੈ ਜਾਂਦਾ ਹੈ। ਤੇ ਜਿਹੜੀ ਪਲਾਸਟਿਕ ਦੀ ਬੋਤਲ ਹੈ ਇਹਦੇ ਅੰਦਰ ਪਹਿਲੇ ਕੀਟਾਣੂ ਹੁੰਦੇ ਨੇ ਤਾਂ ਉਹ ਕਰਕੇ ਸੈਂਪਲ ਹਮੇਸ਼ਾ ਖਰਾਬ ਆਉਂਦਾ ਹੈ। ਠੀਕ ਹੈ, ਇਹ ਕਰਕੇ ਅਸੀਂ ਹਮੇਸ਼ਾ ਇਹ ਸਲਾਹ ਦਿੰਦੇ ਨੇ ਕਿ ਤੁਸੀਂ ਕੱਚ ਦੀ ਬੋਤਲ ਅੰਦਰ ਆਪਣਾ ਪਾਣੀ ਦਾ ਸੈਂਪਲ ਲੈ ਕੇ ਆਉਣਾ ਹੈ। ਜਿਹੜਾ ਕਿੱਟ ਦਾ ਪ੍ਰਾਈਸ ਹੈ ਉਹ 40 ਰੁਪਏ ਹੈ। ਜੇ ਤੁਸੀਂ ਇੱਥੋਂ ਟੈਸਟ ਕਰਾਉਣਾ ਹੈ ਅਸੀਂ ਉਹਦੇ ਵਿੱਚ ਇਹ ਦੱਸ ਦਿੰਦੇ ਨੇ ਕਿ ਕਿੰਨਾ ਨੰਬਰ ਆਫ ਮਾਈਕਰੋ ਆਰਗੈਨਿਜ਼ਮ ਜਿਹੜੇ ਨੇ, ਜਿਹੜੇ ਕੀਟਾਣੂ ਨੇ ਉਹਦੇ ਕਿੰਨੀ ਤਾਦਾਦ ਹੈ ਪਾਣੀ ਵਿੱਚ, ਤਾਂ ਇੱਥੇ ਸੈਂਪਲ ਟੈਸਟ ਕਰਾਉਣੇ ਦੀ ਕੀਮਤ 100 ਰੁਪਏ ਹੈ। ਹਾਂਜੀ, ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਅੰਬਰਵੀਰ। ਤੇ ਅੱਜ ਕੱਲ੍ਹ ਇੱਕ ਮੁੱਦਾ ਬਹੁਤ ਭਖਿਆ ਹੋਇਆ ਗੰਦੇ ਪਾਣੀ ਦਾ। ਲੁਧਿਆਣਾ ਪੰਜਾਬ ਮੀਨਸ ਪ੍ਰੋਪਰ ਜਿਹੜਾ ਪੂਰਾ ਆਲ ਓਵਰ ਜਿਹੜਾ ਪੰਜਾਬ, ਇੱਥੇ ਪਾਣੀ ਬਹੁਤ ਗੰਦਾ ਆ ਰਿਹਾ, ਸੀਵਰੇਜ ਨਾਲ ਮਿਕਸ ਹੋ ਕੇ ਪਾਣੀ ਆ ਰਿਹਾ ਕਿਉਂਕਿ ਜਿਹੜੀ ਪਾਈਪਲਾਈਨ ਹੈ ਉਹ ਇਕੱਠੀ ਚੱਲਦੀ ਹੈ ਤੇ ਇਸੇ ਤੇ ਚੱਲਦੇ ਪਾਣੀ ਗੰਦਾ ਆ ਰਿਹਾ ਘਰਾਂ ਦੇ ਵਿੱਚ। ਤੇ ਆਪਾਂ ਇਸੇ ਚੀਜ਼ ਦਾ ਜਿਹੜਾ ਇੱਕ ਹੱਲ ਕੱਢ ਕੇ ਲੈ ਕੇ ਆਏ, ਟੈਸਟਿੰਗ ਕਿੱਟ ਲੈ ਕੇ ਆਏ ਤੁਹਾਨੂੰ PAU ਦੇ ਅੰਦਰ ਜਿਹੜੀ ਕਿ ਡਿਵੈਲਪ ਕੀਤੀ ਗਈ ਹੈ। ਆਓ ਆਪਾਂ ਮੈਮ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਨੂੰ ਪੁੱਛਦੇ ਹਾਂ ਵੀ ਟੈਸਟਿੰਗ ਕਿੱਟ ਕਿਵੇਂ ਯੂਜ਼ ਹੁੰਦੀ ਹੈ, ਕਿੱਥੋਂ ਮਿਲੇਗੀ ਤੇ ਇਹਨੂੰ ਆਪਣਾ ਮੀਨਸ ਕਿਸ ਕਿਸ ਪ੍ਰੋਸੈਸ ਦੇ ਵਿੱਚ ਕਿਹੜੀ ਕਿਹੜੀ ਜਿਹੜੀ ਗੰਦਗੀ ਆ ਉਹ ਟੈਸਟ ਕਰ ਸਕਦੀ ਹੈ। ਤਾਂ ਆਪਾਂ ਚੱਲਦੇ ਹਾਂ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਤਾਂ ਮੈਮ ਸਾਨੂੰ ਵੀ ਦੱਸੋ ਵੀ ਜਿਹੜੀ ਇਹ ਕਿੱਟ ਹੈਗੀ ਹੈ ਇਹ ਕਿੱਥੋਂ ਮਿਲ ਸਕਦੀ ਹੈ ਤੇ ਇਹਦੇ ਜਿਹੜੇ ਯੂਜਿਸ ਕੀ, ਸਭ ਤੋਂ ਪਹਿਲਾਂ ਸਾਨੂੰ ਯੂਜਿਸ ਹੀ ਦੱਸੋ ਇਹਦੇ ਕੀ ਹੈ। ਹਾਂਜੀ, ਮੇਨ ਕਿਆ ਗੱਲ ਹੈ, ਜਦੋਂ ਵੀ ਅਸੀਂ ਕਹਿੰਦੇ ਨੇ ਕਿ ਪਾਣੀ ਜਿਹੜਾ ਉਹ ਗੰਦਾ ਆ ਰਿਹਾ ਹੈ ਤੇ ਗੰਦੇ ਪਾਣੀ ਦਾ ਮਤਲਬ ਹੈ ਉਹਦੇ ਅੰਦਰ ਕੀਟਾਣੂ ਹੈਗੇ। ਕੀਟਾਣੂ ਆਉਂਦੇ ਕਿਵੇਂ? ਅੱਜ ਕੱਲ੍ਹ ਜਿਵੇਂ ਕਿ ਬਰਸਾਤਾਂ ਦਾ ਸੀਜ਼ਨ ਚੱਲ ਰਿਹਾ ਹੈ ਉਹਦੇ ਵਿੱਚ ਅਸੀਂ ਦੇਖਦੇ ਨੇ ਕਿ ਅਗਰ ਅਸੀਂ ਅੰਡਰਗਰਾਊਂਡ ਦੇਖੇ ਤਾਂ ਸੀਵਰੇਜ ਦੀ ਪਾਈਪ ਤੇ ਪਾਣੀ ਪੀਣ ਵਾਲੇ ਪਾਣੀ ਦੀ ਪਾਈਪ ਪੈਰਲਲ ਚੱਲ ਰਹੀਆਂ ਨੇ ਤੇ ਕਿੱਥੇ ਵੀ ਜ਼ਰਾ ਵੀ ਲੀਕੇਜ ਹੈ ਉੱਥੇ ਅਗਰ 1 ml ਪਾਣੀ ਵੀ ਮਿਕਸ ਹੋ ਗਿਆ ਤਾਂ ਉਹਦੇ ਅੰਦਰ ਜਿੰਨੇ ਵੀ ਕੀਟਾਣੂ ਹੈਗੇ ਉਹ ਸਾਰੇ ਸਾਰੇ ਜਿਹੜੇ ਨੇ ਉਹ ਪੀਣੇ ਦੇ ਪਾਈਪ ਲਾਈਨ ਵਿੱਚ ਆ ਜਾਂਦੇ ਨੇ ਤੇ ਇਹ ਜਿਹੜੇ ਕੀਟਾਣੂ ਹੁੰਦੇ ਨੇ ਇਹਨਾਂ ਦਾ ਮਲਟੀਪਲੀਕੇਸ਼ਨ ਰੇਟ ਜਾਂ ਫਿਰ ਅਸੀਂ ਬੋਲੇ ਗਰੋਥ ਰੇਟ ਜਿਹੜਾ ਉਹ ਬਹੁਤ ਜ਼ਿਆਦਾ ਹੁੰਦਾ, 20 ਮਿੰਟ ਵਿੱਚ ਇਹ ਡਬਲ ਹੋ ਜਾਂਦੇ ਨੇ ਤਾਂ ਉਹ ਕਰਕੇ ਇਹ ਕੀਟਾਣੂ ਜਿਹੜੇ ਨੇ ਉਹ ਪਾਣੀ ਨੂੰ ਖਰਾਬ ਕਰਦੇ ਨੇ ਤੇ ਬਿਮਾਰੀਆਂ ਫੈਲਾਉਂਦੇ ਨੇ ਜਿਵੇਂ ਕਿ ਹੈਜਾ ਹੋ ਗਿਆ, ਟਾਈਫਾਈਡ ਹੋ ਗਿਆ, ਪੀਲੀਆ ਹੋ ਗਿਆ। ਇਹ ਸਾਰੀ ਚੀਜ਼ਾਂ ਉਹ ਕਰਕੇ ਜਿਹੜਾ ਉਹ ਬਰਸਾਤਾਂ ਦੇ ਮੌਸਮ ਵਿੱਚ ਜ਼ਿਆਦਾ ਤਾਦਾਦ ਵਿੱਚ ਹੁੰਦੀਆਂ ਨੇ। ਇਸੇ ਕਰਕੇ ਮੈਮ ਜਿਹੜਾ ਸੀਜ਼ਨ ਦੇ ਵਿੱਚ ਜਿਹੜਾ ਕਿ ਪੰਜਾਬ ਦੇ ਵਿੱਚ ਗੰਦਾ ਪਾਣੀ ਹੋਣ ਕਰਕੇ ਲੋਕ ਨੇ ਉਹ ਬਿਮਾਰ ਬਹੁਤ ਜ਼ਿਆਦਾ ਹੋ ਰਹੇ ਨੇ। ਹਾਂਜੀ ਹਾਂਜੀ ਹਾਂਜੀ, ਮੇਨ ਰੀਜ਼ਨ ਜਿਹੜਾ ਉਹ ਪਾਣੀ ਹੈ ਤੇ ਅਗਰ ਪਾਣੀ ਸਾਫ਼ ਹੋਏਗਾ ਤੁਸੀਂ ਚੈੱਕ ਕਰ ਸਕਦੇ ਹੋ। ਠੀਕ ਹੈ, ਪਾਣੀ ਸਾਫ਼ ਹੋਏਗਾ ਤਾਂ ਤੁਹਾਡੀ ਸਿਹਤ ਜਿਹੜੀ ਉਹ ਠੀਕ ਰਹੂਗੀ। ਕਿਹਾ ਹੀ ਜਾਂਦਾ ਕਿਉਂਕਿ ਆਪਣੀ ਬੋਡੀ ਜਿਹੜੀ 70% ਪਾਣੀ ਤੇ ਹੀ ਹੈ ਤੇ ਜੇ ਪਾਣੀ ਹੀ ਆਪਾਂ ਨੂੰ ਗੰਦਾ ਮਿਲ ਰਿਹਾ ਤੇ ਆਬਵੀਅਸਲੀ ਗੱਲ ਆਪਾਂ ਬਿਮਾਰ ਹੋਵਾਂਗੇ ਹੀ ਹੋਵਾਂਗੇ। ਹਾਂਜੀ ਹਾਂਜੀ ਹਾਂਜੀ। ਤੇ ਆਪਾਂ ਹੁਣ ਮੈਂ ਗੱਲ ਕਰਦੇ ਹਾਂ ਕਿੱਟ ਦੀ, ਇਹਦੇ ਕਿੱਟ ਦਾ ਸੈਂਪਲ ਮੀਨਸ ਕਿਵੇਂ ਟੈਸਟ ਕਰ ਸਕਦੇ ਹਾਂ, ਸੈਂਪਲ ਕਿਵੇਂ ਲੈ ਕੇ ਆਣਾ, ਕਿੱਟ ਦੇ ਅੰਦਰ ਕਿੰਨੇ ਪਾਰਟ ਹੈ ਨਾ ਤੇ ਕੀ ਕੀ ਪ੍ਰੋਸੈਸ ਹੈਗਾ ਸਾਨੂੰ ਇੱਕ ਵਾਰੀ ਦੱਸੋ। ਹਾਂਜੀ,
ਇੱਕ ਤਾਂ ਅਸੀਂ ਕਿੱਟ ਡਿਵੈਲਪ ਕੀਤੀ ਹੋਈ ਹੈ ਜਿਹੜਾ ਪੀਣ ਵਾਲੇ ਪਾਣੀ ਨੂੰ ਅਸੀਂ ਪਰਖ ਸਕਦੇ ਨੇ ਕਿ ਉਹਦੇ ਅੰਦਰ ਕੀਟਾਣੂ ਹੈਗੇ ਕਿ ਨਹੀਂ ਹੈਗੇ। ਇਹ ਤੁਸੀਂ ਘਰ ਲੈ ਜਾ ਕੇ ਵੀ ਟੈਸਟ ਕਰ ਸਕਦੇ ਹੋ। ਤੁਸੀਂ ਆਰ ਓ ਦਾ ਪਾਣੀ, ਸਮਰਸੀਬਲ ਦਾ ਪਾਣੀ ਜਾਂ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਦਾ ਟੈਪ ਵਾਟਰ ਆਉਂਦਾ, ਜਿਹੜਾ ਵੀ ਪਾਣੀ ਤੁਸੀਂ ਟੈਸਟ ਕਰਨਾ ਤੁਸੀਂ ਟੈਸਟ ਕਰ ਸਕਦੇ ਹੋ। ਇਹ ਸਾਡੀ ਕਿੱਟ ਹੈ, ਇਹ 40 ਰੁਪਏ ਦੀ ਕਿੱਟ ਹੈ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਮਿਲਦੀ ਹੈ। ਇਸ ਤੋਂ ਇਲਾਵਾ ਜਿਹੜੇ PAU ਦੇ ਵੱਖ ਵੱਖ KVK ਹਨ ਉੱਤੋਂ ਵੀ ਤੁਸੀਂ ਇਹ ਕਿੱਟ ਜਿਹੜੀ ਆ ਉਹ ਲੈ ਸਕਦੇ ਹੋ। ਠੀਕ ਹੈ, ਇਹਦੀ ਕੀਮਤ ਸਿਰਫ 40 ਰੁਪਏ ਹੈ। ਇਹ ਸਿੰਗਲ ਬੋਟਲ ਦੀ ਹੈ ਮੈਮ ਪੂਰੀ ਕਿੱਟ ਦੀ? ਇਹ ਸਿੰਗਲ ਬੋਟਲ ਹੈ, ਪੂਰੀ ਕਿੱਟ ਇੱਕ ਕਿੱਟ ਹੈ, ਇੱਕ ਬੋਟਲ ਇੱਕ ਕਿੱਟ ਹੈ। ਓਕੇ, ਹਾਂਜੀ। ਇਹਦੇ ਵਿੱਚ ਤੁਸੀਂ ਦੇਖੋਗੇ ਇੱਥੇ ਤੱਕ ਨਿਸ਼ਾਨ ਬਣਿਆ ਹੋਇਆ ਹੈ। ਹਾਂਜੀ, ਠੀਕ ਹੈ। ਤੇ ਉੱਪਰ ਜਿਹੜਾ ਹੈ ਇਹ ਸ਼੍ਰਿੰਪ ਲੱਗਿਆ ਹੋਇਆ ਹੈ। ਤੁਸੀਂ ਕੀ ਕਰਨਾ, ਜਿਹੜਾ ਵੀ ਪਾਣੀ ਤੁਸੀਂ ਟੈਸਟ ਕਰਨਾ ਹੈ, ਠੀਕ ਹੈ, ਤੁਸੀਂ ਥੋੜ੍ਹੀ ਦੇਰ ਜਿਹੜਾ ਹੈ ਉਹ ਨਲਕਾ ਚੱਲਣ ਦੇਣਾ ਹੈ ਤਾਂ ਕਿ ਨਲਕੇ ਦੇ ਰਿਮ ਉੱਤੇ ਅਗਰ ਕੋਈ ਕੀਟਾਣੂ ਹੈਗੇ ਉਹ ਸਾਰੇ ਸਾਰੇ ਬਾਹਰ ਆ ਜਾਣ। ਸਿਰਫ ਪਾਣੀ ਅੰਦਰਲੇ ਕੀਟਾਣੂ ਜਿਹੜੇ ਨੇ ਉਹੀ ਅਸੀਂ ਟੈਸਟ ਕਰਨੇ ਹੈ। ਠੀਕ ਹੈ, ਉਸ ਤੋਂ ਬਾਅਦ ਤੁਸੀਂ ਕੀ ਕਰਨਾ, ਤੁਸੀਂ ਜਦੋਂ ਇਹ ਸ਼੍ਰਿੰਪ ਖੋਲੋਗੇ ਤੁਸੀਂ ਦੇਖੋਗੇ ਅੰਦਰ ਇਹਦੇ ਹੀ ਰਬੜ ਸਟੋਪਰ ਲੱਗੀ ਹੋਈ ਹੈ। ਹਾਂਜੀ, ਠੀਕ ਹੈ। ਤੁਸੀਂ ਰਬੜ ਸਟੋਪਰ ਖੋਲ ਕੇ ਜਿੱਥੇ ਤੱਕ ਨਿਸ਼ਾਨ ਬਣਿਆ ਹੋਇਆ ਹੈ ਉੱਥੇ ਤੱਕ ਪਾਣੀ ਪਾਉਣਾ ਹੈ। ਠੀਕ ਹੈ, ਜਿਵੇਂ ਕਿ ਮੈਂ ਕਰਕੇ ਦਿਖਾਉਂਦੀ ਹੈ। ਹਾਂਜੀ, ਇਹਦੇ ਵਿੱਚ ਆਪਾਂ ਢੱਕਣ ਦਾ ਪ੍ਰੋਪਰਲੀ ਖੋਲ ਲੈਣਾ। ਹਾਂਜੀ, ਇਹਦੇ ਵਿੱਚ ਮੈਮ ਤੁਸੀਂ ਪਾਣੀ ਦੱਸ ਰਹੇ ਸੀਗੇ ਕਿ ਆਪਾਂ ਜਿਹੜਾ ਸੈਂਪਲ ਰੱਖਣਾ ਹੈ, ਹਾਂਜੀ, ਉਹ ਪਲਾਸਟਿਕ ਦੀ ਬੋਟਲ ਦੇ ਵਿੱਚ ਨਾ ਰੱਖਦੇ ਹੋਏ ਕੱਚ ਦੀ ਬੋਤਲ ਰੱਖਣਾ, ਤੇ ਇਹਦਾ ਕੀ ਮੇਨ ਰੀਜ਼ਨ ਹੈ? ਇਹ ਤਾਂ ਜਦੋਂ ਤੁਸੀਂ ਇੱਥੇ ਟੈਸਟ ਕਰਨ ਲੈ ਕੇ ਆਣਾ ਹੈ। ਓਕੇ, ਇਹ ਤਾਂ ਹਾਲੇ ਮੈਂ ਕਿੱਟ ਨੂੰ ਵਰਤਣਾ ਸਿਖਾ ਰਹੀ ਹੈ। ਬਸ ਇਹਨੂੰ ਭਰ ਕੇ ਤੁਸੀਂ ਉੱਪਰੋਂ ਢੱਕਣ ਲਗਾ ਕੇ ਰੱਖ ਦੇਣਾ ਹੈ। ਓਕੇ, ਇਹਨੂੰ ਮੈਂ ਸ਼ੇਕ ਵੀ ਨਹੀਂ ਕਰਨਾ ਆਪਾਂ? ਨਹੀਂ, ਸ਼ੇਕ ਨਹੀਂ ਕਰਨਾ, ਆਪੇ ਮਿਕਸ ਹੋ ਜਾਂਦਾ ਹੈ। ਠੀਕ ਹੈ, ਉਸ ਤੋਂ ਬਾਅਦ ਤੁਸੀਂ ਕਿਸੇ ਵੀ ਗਰਮ ਜਗ੍ਹਾ ਤੇ, ਠੀਕ ਹੈ, ਜਿਵੇਂ ਕਿ ਕਿਚਨ ਹੋ ਗਿਆ, ਠੀਕ ਹੈ, ਉੱਥੇ ਤੁਸੀਂ ਰੱਖ ਦੇਣਾ ਹੈ 48 ਘੰਟੇ ਲਈ। 48 ਘੰਟੇ ਲਈ, ਠੀਕ ਹੈ। 48 ਘੰਟੇ ਬਾਅਦ ਤੁਸੀਂ ਦੇਖੋਗੇ ਜੇ ਕਿੱਟ ਦਾ ਰੰਗ ਜਾਮ ਨਹੀਂ ਰਿਹਾ, ਠੀਕ ਹੈ, ਮਤਲਬ ਜਿਹੜਾ ਤੁਹਾਡਾ ਪਾਣੀ ਉਹ ਸਾਫ਼ ਹੈ, ਉਹਦੇ ਅੰਦਰ ਕੋਈ ਵੀ ਕੀਟਾਣੂ ਨਹੀਂ ਹੈਗਾ, ਬਟ ਜੇ ਪੀਲਾ ਪੈ ਗਿਆ ਮਤਲਬ ਇਹਦੇ ਅੰਦਰ ਕੀਟਾਣੂ ਸੀਗੇ ਜਿਨ੍ਹਾਂ ਨੇ ਇਹਦਾ ਰੰਗ ਤਬਦੀਲ ਕਰ ਦਿੱਤਾ ਹੈ। ਓਕੇ, ਠੀਕ ਹੈ, ਤੇ ਜੇ 48 ਘੰਟੇ ਤੋਂ ਪਹਿਲਾਂ ਹੀ ਜਿਹੜਾ ਉਹ ਕਿੱਟ ਦਾ ਰੰਗ ਪੀਲਾ ਪੈ ਜਾਂਦਾ ਜਾਂ ਇਹ ਜਿਹੜਾ ਰਬੜ ਸਟੋਪਰ ਹੈ ਜਿਹੜਾ ਢੱਕਣ ਹੈ ਉਹ ਉੜ ਕੇ ਬਾਹਰ ਥੱਲੇ ਪੈ ਜਾਂਦਾ ਹੈ, ਮਤਲਬ ਬਹੁਤ ਜ਼ਿਆਦਾ ਕੀਟਾਣੂ ਹੈਗੇ, ਬਹੁਤ ਜ਼ਿਆਦਾ ਕੰਟੈਮੀਨੇਸ਼ਨ ਹੈ, ਤੇ ਇਹ ਤੁਸੀਂ ਘਰ ਵਿੱਚ ਟੈਸਟ ਕਰ ਸਕਦੇ ਹੋ। ਮੈਂ ਬਸ ਗੱਲ ਕਰ ਲਈ, ਤੁਸੀਂ ਦੱਸ ਰਹੇ ਸੀਗੇ ਵੀ ਕਾਰਪੋਰੇਸ਼ਨ ਦੇ ਤੁਹਾਡੇ ਕੋਲ ਕਿ ਟੈਸਟ ਆ ਰਹੇ, ਸੈਂਪਲ ਆ ਰਹੇ ਆ। ਹਾਂਜੀ, ਤੇ ਕੀ ਰਿਜ਼ਲਟ ਆ ਰਿਹਾ ਉਹਨਾਂ ਦਾ? ਮੈਕਸੀਮਮ ਜਿਹੜਾ ਹੈ ਕਾਰਪੋਰੇਸ਼ਨ ਵਾਲੇ ਹੁਣ ਤੱਕ ਬਰਸਾਤਾਂ ਦੇ ਮੌਸਮ ਵਿੱਚ ਕਲੋਰੀਨ ਇਸਤੇਮਾਲ ਕਰਦੇ ਆ, ਤਾਂ ਉਹ ਕਰਕੇ ਜਿਹੜੇ ਟੈਸਟ ਆ ਉਹ ਮੋਸਟਲੀ ਠੀਕ ਆ ਰਹੇ ਨੇ, ਤੇ ਹੋਪਫੁਲੀ ਜਿਹੜਾ ਹੈ ਉਹ ਅੱਗੇ ਵੀ ਇਹੀ ਸਿਸਟਮ ਰਹੇਗਾ ਤੇ ਸਾਡਾ ਜਿਹੜਾ ਪਾਣੀ ਹੈ ਉਹ ਪ੍ਰੋਪਰਲੀ ਟ੍ਰੀਟਡ ਜਿਹੜਾ ਹੈ ਉਹ ਆਮ ਜਨਤਾ ਨੂੰ ਮਿਲੂਗਾ। ਤੇ ਉਹਦੇ ਲਈ ਜਿਹੜੇ ਆਮ ਜਨਤਾ ਵੀ ਇਨਫੈਕਟ ਆਪਣੇ ਸੈਂਪਲਸ ਲੈ ਕੇ ਆਉਂਦੀ ਹੈ, ਫਾਰਮਰਸ ਲੈ ਕੇ ਆਉਂਦੇ ਨੇ, ਅਰਬਨ ਏਰੀਆ ਦੇ ਲੋਕ ਲੈ ਕੇ ਆਉਂਦੇ ਨੇ, ਸਕੂਲ ਵਾਲੇ, ਹੋਸਪਿਟਲ ਵਾਲੇ, ਰੈਸਟੋਰੈਂਟਸ ਵਾਲੇ ਸਾਰੇ ਜਿਹੜੇ ਨੇ ਉਹ ਆਪਣੇ ਸੈਂਪਲ ਟੈਸਟ ਕਰਾਉਂਦੇ ਨੇ। ਤੇ ਉਹਦੇ ਲਈ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਹੈ ਉਹ ਕੀ ਕਰਦੇ ਨੇ, ਜਿਹੜੇ ਤਾਂ ਰੈਗੂਲਰ ਲੈ ਕੇ ਆਉਂਦੇ ਨੇ ਉਹਨਾਂ ਨੂੰ ਤਾਂ ਪਤਾ ਹੈ, ਪਰ ਜਿਹੜੇ ਨਵੇਂ ਲੈ ਕੇ ਆਉਂਦੇ ਨੇ ਉਹ ਕਈ ਵਾਰ ਪਲਾਸਟਿਕ ਦੀ ਬੋਤਲ ਅੰਦਰ ਸੈਂਪਲ ਲੈ ਕੇ ਆ ਜਾਂਦੇ ਨੇ। ਓਕੇ, ਤੇ ਜਿਹੜੀ ਪਲਾਸਟਿਕ ਦੀ ਬੋਤਲ ਹੈ ਇਹਦੇ ਅੰਦਰ ਪਹਿਲੇ ਕੀਟਾਣੂ ਹੁੰਦੇ ਨੇ, ਤਾਂ ਉਹ ਕਰਕੇ ਸੈਂਪਲ ਹਮੇਸ਼ਾ ਖਰਾਬ ਆਉਂਦਾ ਹੈ। ਠੀਕ ਹੈ, ਇਹ ਕਰਕੇ ਅਸੀਂ ਹਮੇਸ਼ਾ ਇਹ ਸਲਾਹ ਦਿੰਦੇ ਨੇ ਕਿ ਤੁਸੀਂ ਕੱਚ ਦੀ ਬੋਤਲ ਅੰਦਰ ਆਪਣਾ ਪਾਣੀ ਦਾ ਸੈਂਪਲ ਲੈ ਕੇ ਆਉਣਾ ਹੈ। ਠੀਕ ਹੈ, ਬੋਤਲ ਨੂੰ ਤੁਸੀਂ ਪਹਿਲਾਂ ਚੰਗੀ ਤਰ੍ਹਾਂ ਸਟਰਲਾਈਜ਼ ਕਰਨਾ ਹੈ। ਸਟਰਲਾਈਜ਼ ਕਰਨਾ ਮਤਲਬ ਤੁਸੀਂ ਗਰਮ ਉਬਲਦੇ ਹੋਏ ਪਾਣੀ ਨਾਲ ਧੋਣਾ ਹੈ, ਧੋਣ ਤੋਂ ਬਾਅਦ ਇਹਨੂੰ ਗਰਮ ਪਾਣੀ ਨਾਲ ਹੀ ਉੱਪਰ ਤੱਕ ਭਰ ਲੈਣਾ ਹੈ। ਠੀਕ ਹੈ, ਭਰਨ ਤੋਂ ਬਾਅਦ ਢੱਕਣ ਲਗਾ ਕੇ ਜਿਹੜੇ ਵੀ ਸੋਮੇ ਦਾ ਪਾਣੀ ਤੁਸੀਂ ਟੈਸਟ ਕਰਨ ਲਈ ਲੈ ਕੇ ਆਉਣਾ ਹੈ ਉੱਥੇ ਜਾ ਕੇ ਇਹ ਪਾਣੀ ਡੋਲ ਦੇਣਾ ਹੈ ਤੇ ਇਹਦੇ ਅੰਦਰ ਉਹ ਸੋਮੇ ਦਾ ਪਾਣੀ ਪੂਰਾ ਉੱਪਰ ਤੱਕ ਭਰ ਲੈਣਾ ਹੈ। ਠੀਕ ਹੈ, ਤੁਸੀਂ ਇੱਦਾਂ ਨਹੀਂ ਕਰਨਾ ਹੈ ਕਿ ਤੁਸੀਂ
ਅੱਧੀ ਬੋਤਲ ਭਰ ਕੇ ਲੈ ਕੇ ਆ ਗਏ। ਓਕੇ ਠੀਕ ਹੈ, ਕਿਉਂਕਿ ਇਹਦੇ ਅੰਦਰ ਵੀ ਹਵਾ ਅੰਦਰ ਵੀ ਕੀਟਾਣੂ ਹੁੰਦੇ ਨੇ, ਹਾਂਜੀ ਉਹ ਵੀ ਆ ਜਾਂਦੇ ਨੇ, ਉਹ ਮਲਟੀਪਲਾਈ ਹੋ ਜਾਂਦੇ ਨੇ। ਠੀਕ ਹੈ, ਤੇ ਤੁਸੀਂ ਪੂਰੀ ਬੋਤਲ ਭਰ ਕੇ ਲੈ ਕੇ ਆਣੀ ਹੈ। ਆਪਾਂ ਨੂੰ ਕਹਿ ਲਈਏ ਸਰਲ ਭਾਸ਼ਾ ਵਿੱਚ ਤੇ ਇਹਨੂੰ ਉੱਪਰ ਤੱਕ ਕਹਿ ਲਓ ਵੀ ਪ੍ਰੋਪਰ ਭਰ ਕੇ ਲੈ ਕੇ ਆਣਾ ਕਿ ਇਹਦੇ ਚ 에ਅਰ ਬਬਲ ਵੀ ਨਾ ਰਹਿਣ। ਹਾਂ, ਇਹਦੇ ਵਿੱਚ 에ਅਰ ਬਬਲ ਵੀ ਨਾ ਰਹਿਣ, ਤੇ ਦੂਜੀ ਗੱਲ ਜਦੋਂ ਤੁਸੀਂ ਢੱਕਣ ਲਗਾਉਣਾ ਹੈ ਜਾਂ ਖੋਲਣਾ, ਤੁਸੀਂ ਆਪਣਾ ਹੱਥ ਨਹੀਂ ਟੱਚ ਕਰਨਾ ਹੈ। ਓਕੇ ਠੀਕ ਹੈ, ਤੁਸੀਂ ਉੱਪਰੋਂ ਹੀ ਢੱਕਣ ਲਗਾਉਣਾ ਹੈ। ਠੀਕ ਹੈ ਜੀ। ਠੀਕ ਹੈ, ਕਿਉਂਕਿ ਅਗਰ ਹੱਥ ਰਿਮੂਵ ਤੇ ਟੱਚ ਹੋ ਗਿਆ ਤਾਂ ਉਹਦੇ ਵੀ ਕੀਟਾਣੂ ਆ ਸਕਦੇ ਨੇ ਜਿਹੜੇ ਹੱਥ ਅੰਦਰਲੇ ਹੁੰਦੇ ਨੇ। ਤੇ ਮੈਮ ਹੁਣ ਆਪਾਂ ਕਿੱਟ ਦੀ ਵੀ ਗੱਲ ਕਰ ਲਈ, ਤੇ ਸਾਨੂੰ ਤੁਸੀਂ ਇਹ ਦੱਸ ਦਿਓ ਵੀ ਕਿੱਟ ਦਾ ਪ੍ਰਾਈਸ ਕਿੰਨਾ? ਹਾਂਜੀ, ਤੇ ਇਹ ਜੇ ਕਿਸੇ ਨਾਰਮਲ ਪਰਸਨ ਲੈਣੀ ਹੋਵੇ ਕਿੱਥੋਂ ਮਿਲ ਸਕਦੀ ਹੈ? ਹਾਂਜੀ, ਜਿਹੜਾ ਕਿੱਟ ਦਾ ਪ੍ਰਾਈਸ ਹੈ ਉਹ 40 ਰੁਪਏ ਹੈ। ਜੇ ਤੁਸੀਂ ਇੱਥੋਂ ਟੈਸਟ ਕਰਾਉਣਾ ਹੈ, ਅਸੀਂ ਉਹਦੇ ਵਿੱਚ ਇਹ ਦੱਸ ਦਿੰਦੇ ਨੇ ਕਿ ਕਿੰਨਾ ਨੰਬਰ ਆਫ ਮਾਈਕਰੋ ਆਰਗੈਨਿਜ਼ਮ ਜਿਹੜੇ ਨੇ, ਜਿਹੜੇ ਕੀਟਾਣੂ ਨੇ, ਉਹਦੇ ਕਿੰਨੀ ਤਾਦਾਦ ਹੈ ਪਾਣੀ ਵਿੱਚ, ਤਾਂ ਇੱਥੇ ਸੈਂਪਲ ਟੈਸਟ ਕਰਾਉਣੇ ਦੀ ਕੀਮਤ 100 ਰੁਪਏ ਹੈ। ਫਿਰ ਉਹਦੇ ਨਾਲ ਰਿਪੋਰਟ ਵੀ ਆਏਗੀ? ਰਿਪੋਰਟ ਆਏਗੀ, ਰਿਪੋਰਟ ਤੁਹਾਨੂੰ 3 ਤੋਂ 4 ਦਿਨਾਂ ਬਾਅਦ ਮਿਲ ਜਾਂਦੀ ਹੈ, ਰਿਟਰਨ ਰਿਪੋਰਟ। ਤੇ ਮੈਮ ਗੱਲ ਕਰ ਲਈਏ ਆਪਾਂ ਕਿ ਆਪਣਾ ਟੈਸਟਿੰਗ ਕਿੱਟ ਦੀ ਵੀ ਗੱਲ ਹੋ ਗਈ। ਹਾਂਜੀ, ਟੈਸਟ ਕਿਵੇਂ ਕਰਨਾ ਹੈ, ਪਾਣੀ ਕਿਵੇਂ ਲੈ ਕੇ ਆਉਣਾ, ਸੈਂਪਲ ਜਿਹਨੂੰ ਆਪਾਂ ਕਹਿੰਦੇ ਹਾਂ ਕਿੱਦਾਂ ਲੈ ਕੇ ਆਉਣਾ, ਸਭ ਕੁਝ ਤਾਂ ਡਨ ਹੋ ਗਿਆ। ਹਾਂਜੀ, ਤੇ ਹੁਣ ਜਦੋਂ ਕਿਸੇ ਦੇ ਘਰੇ ਪਾਣੀ ਗੰਦਾ ਨਿਕਲਿਆ, ਹਾਂਜੀ, ਤੇ ਉਹਦਾ ਸੋਲੂਸ਼ਨ ਕੀ ਹੈ ਦੱਸੋ ਸਾਨੂੰ ਜੀ। ਇਹਦੇ ਲਈ WHO ਰეკਮੈਂਡਡ ਇੱਕ ਦਵਾਈ ਹੁੰਦੀ ਹੈ। ਹਾਂਜੀ, ਇਹ ਸੋਡੀਅਮ ਹਾਈਪੋਕਲੋਰਾਈਟ ਸੋਡੀਅਮ ਹਾਈਪੋਕਲੋਰਾਈਟ ਸੋਲੂਸ਼ਨ ਇਹ ਕਿਸੇ ਵੀ ਕੈਮੀਕਲ ਦੀ ਦੁਕਾਨ ਤੋਂ ਮਿਲ ਜਾਂਦਾ ਹੈ। 5% ਦੀ ਕਨਸੈਂਟ੍ਰੇਸ਼ਨ ਹੁੰਦੀ ਹੈ। ਤੁਸੀਂ ਇਹ ਲੈ ਕੇ ਆਉਣਾ ਹੈ ਤੇ 20 ਲੀਟਰ ਪਾਣੀ ਵਿੱਚ 1.8 ml ਪੈਂਦਾ ਹੈ। ਓਕੇ ਠੀਕ ਹੈ, 1.8 ml ਮਤਲਬ 8 ਤੋਂ 10 ਬੂੰਦਾ। ਹਾਂਜੀ ਠੀਕ ਹੈ, 20 ਲੀਟਰ ਪਾਣੀ ਅੰਦਰ 8 ਤੋਂ 10 ਬੂੰਦਾ ਪਾ ਕੇ 1/2 ਘੰਟੇ ਲਈ ਤੁਸੀਂ ਰੱਖ ਦੇਣਾ ਹੈ। ਉਸ ਤੋਂ ਬਾਅਦ ਤੁਸੀਂ ਪਾਣੀ ਪੀ ਸਕਦੇ ਹੋ। ਜਿਹੜੇ ਵੀ ਕੀਟਾਣੂ ਹੁੰਦੇ ਨੇ ਉਹ ਇਸ ਦਵਾਈ ਨਾਲ ਮਰ ਜਾਂਦੇ ਨੇ, ਪਰ ਇਹ ਤੁਸੀਂ ਜ਼ਰੂਰ ਧਿਆਨ ਰੱਖਣਾ ਹੈ, ਜਿਹੜਾ ਇਹ ਸੋਲਿਊਸ਼ਨ ਹੁੰਦਾ ਹੈ ਇਹਦੀ ਮਿਆਦ ਜਿਹੜੀ ਉਹ ਬਹੁਤ ਘੱਟ ਹੁੰਦੀ ਹੈ। ਤੇ ਤੁਸੀਂ ਇਹ ਨਹੀਂ ਕਰਨਾ ਕਿ ਵੱਡੀ ਬੋਤਲ ਲੈ ਕੇ ਆ ਗਏ, ਤੁਸੀਂ ਛੋਟੀ ਬੋਤਲ ਲੈਣੀ ਹੈ, ਉਹ ਤੁਹਾਡੀ ਬੜੇ ਆਰਾਮ ਨਾਲ 5-6 ਮਹੀਨੇ ਕੱਢ ਦਿੰਦੀ ਹੈ। ਠੀਕ ਹੈ, ਤੇ ਉਹ ਵਰਤ ਕੇ ਤੁਸੀਂ ਆਪਣਾ ਪਾਣੀ ਜਿਹੜਾ ਉਹ ਟ੍ਰੀਟ ਕਰ ਸਕਦੇ ਹੋ, ਕਿਉਂਕਿ ਅਗਰ ਪਾਣੀ ਖਰਾਬ ਆਉਂਦਾ ਹੈ ਤੁਸੀਂ ਸਟਾਰਟਿੰਗ ਵਿੱਚ ਉਬਲਿਆ ਹੋਇਆ ਪਾਣੀ ਵਰਤ ਸਕਦੇ ਹੋ, ਪਾਣੀ ਉਬਾਲ ਕੇ ਠੰਡਾ ਕਰਕੇ ਤੁਸੀਂ ਪੀ ਸਕਦੇ ਹੋ। ਪਰ ਤੁਸੀਂ ਅਗਰ ਨਿਰੰਤਰ ਇਹੀ ਕਰੋਗੇ ਤਾਂ ਉਹਦੇ ਅੰਦਰ ਕਿਆ ਹੁੰਦਾ, ਜਿਹੜੇ ਵੀ ਖਣਿਜ ਵਗੈਰਾ ਨੇ ਉਹ ਸੈਟਲ ਹੋ ਜਾਂਦੇ ਨੇ। ਠੀਕ ਹੈ, ਜਿਹੜਾ ਉਬਲਿਆ ਹੋਇਆ ਪਾਣੀ ਆ ਉਹ ਫਿਰ ਧੀਰੇ ਧੀਰੇ ਕਿਆ ਕਰੂਗਾ, ਤੁਹਾਡੀ ਜਿਹੜੀ ਆਪਣੀ ਇਮਿਊਨਿਟੀ ਆ ਉਹਨੂੰ ਲੋ ਕਰ ਦੂਗਾ। ਠੀਕ ਹੈ, ਇਸ ਲਈ ਤੁਸੀਂ ਇਹ ਦਵਾਈ ਵਰਤ ਸਕਦੇ ਹੋ। ਤਾਂ ਹੁਣ ਤੁਹਾਨੂੰ ਇਹ ਸਾਰਾ ਦਿਖਾਤਾ ਵੀ ਕਿੱਟ ਕਿਵੇਂ ਯੂਜ਼ ਹੋਣੀ ਹੈ, ਕਿੱਟ ਤੋਂ ਬਾਅਦ ਜੇ ਤੁਹਾਡਾ ਪਾਣੀ ਘਰੇ ਗੰਦਾ ਆ ਰਿਹਾ ਉਹਨੂੰ ਸਹੀ ਕਿਵੇਂ ਕਰਨਾ, ਉਹਦਾ ਪ੍ਰੋਸੈਸ ਕੀ ਹੈ, ਕਿਹੜਾ ਕੈਮੀਕਲ ਯੂਜ਼ ਹੁੰਦਾ, ਤੁਹਾਨੂੰ ਸਭ ਕੁਝ ਦੱਸਤਾ। ਜੇ ਤੁਸੀਂ ਲੈਣਾ ਚਾਹੁੰਦੇ ਹੋ, ਇਹਨੂੰ ਬਾਏ ਕਰਨਾ ਚਾਹੁੰਦੇ, ਤੁਹਾਨੂੰ ਆਉਣਾ ਪਊਗਾ PAU ਜਾਂ ਜਿਹੜੀ ਇਹਨਾਂ ਦੇ ਸਟੋਰ ਹੈਗੇ ਜਿਹੜੇ ਕਿ ਆਥੋਰਾਈਜ਼ਡ ਸਟੋਰ ਨੇ ਉੱਥੋਂ ਮਿਲ ਸਕਦਾ। ਅਤੇ ਇੱਦਾਂ ਦੇ ਹੋਰ ਵੀ ਤੁਹਾਡੇ ਵਾਸਤੇ ਵਧੀਆ ਜਾਣਕਾਰੀ ਵਾਲੇ ਜਿਹੜੇ ਕਿੱਟਸ ਨੇ ਜਾਂ ਜਿਹੜੇ ਤੁਹਾਡੇ ਹੈਲਪਫੁਲ ਚੀਜ਼ਾਂ ਨੇ ਤੁਹਾਡੇ ਵਾਸਤੇ ਲੈ ਕੇ ਆਉਂਦਾ ਰਹਾਂਗੇ। ਅਤੇ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਓ ਸਿਟੀ ਹੈਡਲਾਈਨਸ। ਥੈਂਕ ਯੂ ਕੈਮਰਾਮੈਨ ਵਿਪਨ ਵਸੀ ਦੇ ਨਾਲ, ਮੈਂ ਅੰਬਰਵੀਰ।